ਮਾਸ਼ਾਅੱਲਾ ਜੀ, ਝੋਟੀ ਨੰਬਰ 1 ਆ ਗਈ ਹੈ। ਚੰਗੀ ਖੂਬਸੂਰਤ ਝੋਟੀ ਹੈ, ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ। ਬੱਗੀ ਮੁੱਛ, ਬਿੱਲੀਆਂ ਅੱਖਾਂ, ਠੀਕ ਹੈ ਭਾਈ ਲਾ। ਅਸਲਾਮੁ ਅਲੈਕੁਮ ਸਜਣੋ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਕਮ ਉਮਰ ਫਾਰਮਰ ਅਬੂਜ਼ਰ ਸਾਹਿਬ ਦੇ ਡੇਰੇ ਤੇ ਮੌਜੂਦ ਆ। ਤੇ ਮਾਸ਼ਾਅੱਲਾ ਜੀ ਬਾਈ ਅਬੂਜ਼ਰ ਸਾਹਿਬ, ਅੱਜ ਦੀ ਇਸ ਵੀਡੀਓ 'ਚ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਖਾਂਗੜ ਝੋਟੀਆਂ, ਇਸ ਤੋਂ ਇਲਾਵਾ ਇੱਕ ਖੂਬਸੂਰਤ ਅਸਲੀ ਤੇ ਨਸਲੀ ਵੈੜ, ਇਸ ਤੋਂ ਇਲਾਵਾ ਇੱਕ ਵੱਛੀ ਵੀ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਜੀ 95,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ। ਬਾਈ ਅਬੂਜ਼ਰ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾ, ਤੁਸੀਂ ਸੁਣਾਓ ਕੀ ਹਾਲ ਚਾਲ ਹੈ ਜੀ? ਅੱਲਾਹ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਭਾਈ ਅਬੂਜ਼ਰ ਤੁਸੀਂ ਸੁਣਾਓ, ਠੀਕ ਹੋ, ਸਭ ਹੈਰੀਅਤ ਹੈ? ਭਾਈ ਫਰਾ ਸ਼ੁਕਰ ਜੀ, ਅੱਲਾਹ ਪਾਕ ਦਾ, ਤੁਸੀਂ ਸੁਣਾਓ ਤਬੀਅਤ ਜੀ? ਅੱਲਾਹ ਪਾਕ ਦਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਆਲਰੇਡੀ ਜਨਾਬੀਆਂ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਨੇ, ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਤਾਰਫ ਕਰਵਾ ਦਿਓ। ਭਾਈ ਫਰਾ, ਸਿਲੋ ਜ਼ਿਲ੍ਹਾ ਸਿਆਲਕੋਟ, ਪਿੰਡ ਸਾਡਾ ਭਾਬੜਿਆਂ ਵਾਲਾ, ਮੇਨ ਰੋਡ ਉੱਗੋ ਕੀ, ਡੇਰਾ ਚੌਧਰੀ ਜ਼ਫਰ ਲੰਬੜਦਾਰ ਦੇ ਨਾਮ ਤੋਂ ਮਸ਼ਹੂਰ ਹੈ। ਅਬੂ ਜ਼ਰ ਦਾ ਅੱਜ ਵੀ ਖੜਾ ਕੇ, ਇਨਸ਼ਾਅੱਲਾ ਤਾਲਾ ਖੜਾ ਕੇ ਆਏ ਤੇ ਵਾਹਵਾ ਦੇਰ ਬਾਅਦ ਅੱਜ ਖੜਾਕ ਵੱਡੇ ਫਿਰ ਕਰਿਓ, ਇਨਸ਼ਾਅੱਲਾ ਤਾਲਾ ਵੱਡੇ ਖੜਾ ਕੇ ਕਰਾਈਏ ਸ਼ੋਕ, ਕਰਾਓ ਜੀ। ਆਓ ਜੀ ਭਾਈ ਰਜ਼ਾਕ, ਝੋਟੀ ਨੰਬਰ 1 ਲੈ ਆਵੋ ਜੀ। ਮਾਸ਼ਾਅੱਲਾ ਜੀ, ਝੋਟੀ ਨੰਬਰ 1 ਆ ਗਈ ਹੈ। ਚੰਗੀ ਖੂਬਸੂਰਤ ਝੋਟੀ ਹੈ, ਚਿਹਰੇ ਦੀ ਖੂਬਸੂਰਤੀ ਦੋਸਤਾਂ ਵੇਖਣੀ ਹੈ। ਬੱਗੀ ਮੁੱਛ, ਬਿੱਲੀਆਂ ਅੱਖਾਂ ਨੇ, ਮਾਸ਼ਾਅੱਲਾ ਜੀ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ। ਭਾਈ ਰਜ਼ਾਕ ਸਾਹਿਬ ਪਰਲੀ ਸਾਈਡ ਤੇ ਟੋਰਿਓ ਜ਼ਰਾ। ਖਾਂਗੜ ਝੋਟੀ ਹੈ ਮਾਸ਼ਾਅੱਲਾ ਜੀ, ਪਹਿਲਾ ਸੁਬਾ ਸੂਈ ਹੈ ਭਾਈ, ਪਹਿਲਾ ਸੁਬਾ ਸੂਈ ਹੈ ਮਾਸ਼ਾਅੱਲਾ ਜੀ। ਲਿਬਾਸ ਵੀ ਦੋਸਤਾਂ ਵੇਖ ਲੈਣਾ, ਪਹਿਲਾਂ ਨੋ ਕੇ ਥਾਣ ਵੀ ਸੋਹਣੇ ਲੱਗੇ ਨੇ। ਦੁੱਧ ਕਿੰਨਾ ਕੇ ਭਾਈ ਅਬੂਜ਼ਰ ਦੇ ਕੋਲੋਂ? ਭਾਈ ਫਰਾਜ਼, ਦੁੱਧ ਦੇ ਕੋ 8 ਕਿਲੋ, 7 ਕਿਲੋ ਦੀ ਗਰੰਟੀ ਹੋਏਗੀ। 7 ਕਿਲੋ ਦੁੱਧ ਦੀ ਗਰੰਟੀ ਹੈ ਪਿਆਰੇ ਭਾਈ, ਇੱਥੇ ਖਿਲਾ ਰਹੇ ਹੋ ਜੀ। ਸਿੰਗਲ ਢੀ ਹੈ ਮਾਸ਼ਾਅੱਲਾ ਜੀ, ਲਾਮ ਕਾਫੀ ਹੈ। ਆਪ ਹੀ ਪਰਲੀ ਸਾਈਡ ਤੇ ਇੱਥੇ ਜ਼ਰਾ ਖਿਲਾ ਰਹੇ ਹੋ, ਆਪ ਹੀ ਪਰਲੀ ਸਾਈਡ ਤੇ ਹੋਇਓ। ਚੁਆਈ ਕਿੰਜ ਕਰਦੇ ਹੋ, ਟੀਕੇ ਤੇ ਜਾਂ ਪਹਾੜੇ ਤੇ? ਭਾਈ ਫਰਾਜ਼, ਦੋਵੇਂ ਟਾਈਮ ਪਹਾੜੇ ਤੇ ਚੁਆਈ, ਦੋਵੇਂ ਟਾਈਮ ਪਹਾੜੇ ਤੇ। ਸੁਬਾ ਪਹਿਲਾਂ ਸੂਈ, ਅੱਗੂ ਕਿੰਨੇ ਮਹੀਨੇ ਦੀ ਗੱਬਣ ਹੈ ਜੀ? ਭਾਈ ਫਰਾਜ਼, 2 ਮਹੀਨਿਆਂ ਦੀ ਡਾਕਟਰ ਪਾਸ ਜੇ, 2 ਮਹੀਨੇ ਦੀ ਕਨਫਰਮ ਗੱਬਣ ਹੈ ਭਾਈ। ਯਾਰਾਂ ਚੈੱਕ ਕਰਾਈਏ, ਮਜ਼ੀਦ ਜਿਹੜੇ ਦੋਸਤ ਨਾਲ ਸੌਦਾ ਹੋਏਦਾ ਆਪਣੀ ਤਸੱਲੀ ਕਰ ਲਏ, 1-2 ਦਿਨ ਸਿੱਧਾ ਜਾ ਕੇ ਪਾਸ ਕਰਵਾ ਲਏ ਜਾਂ ਇੱਥੋਂ ਚੈੱਕ ਕਰਵਾ ਕੇ ਲਾਈਏ। 7 ਕਿਲੋ ਦੁੱਧ ਵੀ ਹੈ, 2 ਮਹੀਨੇ ਦੀ ਕਨਫਰਮ ਗੱਬਣ ਵੀ ਹੈ। ਸੁਬਾ ਪਹਿਲਾਂ ਸੂਈ ਹੈ ਮਾਸ਼ਾਅੱਲਾ ਜੀ, ਚੰਗੀ ਅਸਲੀ ਅਤੇ ਨਸਲੀ ਖਾਂਗੜ ਝੋਟੀ ਹੈ ਜੀ। ਨੰਬਰ 1 ਤੇ ਚੈੱਕ ਕਰਾਉਂਦੇ ਹਾਂ, ਫਿਰ ਚਿਹਰੇ ਦੀ ਖੂਬਸੂਰਤੀ ਦੋਸਤਾਂ ਫਿਰ ਵੇਖਣੀ ਹੈ। ਵਾਹਨਾ ਵੀ ਡੱਬਾ ਲਿਆ ਅਤੇ ਧੁੰਨੀ ਅਤੇ ਕੋਲੀ ਦਾ ਨਿਸ਼ਾਨੀ ਹੈ ਜੀ। ਠੀਕ ਹੈ ਭਾਈ, ਲਿਆਓ ਜੀ ਲੰਮੀ, ਅੱਗੋਂ ਨੰਬਰ 2 ਵਾਲੀ ਲਿਆਓ। ਇਹ ਮਾਸ਼ਾਅੱਲਾ ਜੀ ਲਾਮ ਵੀ ਦੋਸਤਾਂ ਵੇਖ ਲੈਣੀ ਹੈ ਅਤੇ ਥਾਣ ਵੀ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ ਜੀ। ਭਾਈ ਅਬੂਜ਼ਰ, ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ? ਭਾਈ ਫਰਾਜ਼, ਇਹੋ ਜਿਹੀ ਝੋਟੀਆਂ ਦੇ 2.5 ਲੱਖ ਵੀ ਲਾਈਏ ਤੇ ਕੁਝ ਨਹੀਂ ਕਹਿੰਦੇ। ਠੀਕ ਹੈ, ਝੋਟੀ ਹੈ, ਪਹਿਲਾਂ ਝੋਟੀ ਹੈ, ਸੋਹਣੀ ਹੈ, ਸੁਥਰੀ ਹੈ ਤੇ ਝੋਟੀ ਹੈ 2.5 ਲੱਖ ਦੀ, ਪਰ ਅਸੀਂ 2.5 ਲੱਖ ਦੀ ਨਹੀਂ ਦੇਣੀ, 2,30,000 ਰੁਪਏ ਦੀ ਝੋਟੀ ਦੇ ਦਿਆਂਗੇ। ਜ਼ਿੰਦਾਬਾਦ, 2,33,000। ਭਾਈ ਅਗਲੀ ਝੋਟੀ ਖੋਲ ਲਵੋ, ਨੰਬਰ 1 ਤੇ ਚੈੱਕ ਕਰਾਈਏ, ਕੀਮਤ ਡਿਮਾਂਡ 2,33,000। ਮਾਸ਼ਾਅੱਲਾ ਜੀ, ਥਣ ਦੋਸਤਾਂ ਨੂੰ ਫਿਰ ਚੈੱਕ ਕਰਾ ਦਿੰਦੇ ਹਾਂ, ਨੰਬਰ 1 ਤੇ ਚੈੱਕ ਕਰਾਈਏ ਕਿ ਭਾਈ ਲਿਆਓ ਜੀ ਨੰਬਰ 2 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 2 ਤੇ ਆ ਗਈ ਹੈ, ਇਹ ਵੀ ਖਾਂਗੜ ਹੈ ਜੀ। ਹਾਂਜੀ ਭਾਈ ਫਰਾਜ਼, ਅਸੀਂ ਤਾਂ ਖਾਂਗੜ ਕਰਕੇ ਦੇਣੀ ਹੋ ਜੇ 2 ਮਹੀਨੇ ਤੇ 10 ਦਿਨ ਹੋ ਗਏ ਜੀ ਇਹਨੂੰ ਸੂਈ ਨੂੰ। ਯਾਨੀ 2 ਮਹੀਨੇ ਤੇ 10 ਕੁ ਦਿਨ ਹੋਏ ਨੇ ਸੂਈ ਹਲੇ, ਤੇ ਭਾਈ ਜਰਾ ਖਾਂਗੜ ਕਰਕੇ ਦੇਣੀ ਹੈ। ਦੁੱਧ ਕਿੰਨਾ ਭਾਈ ਅਬੂਜ਼ਰ ਦੇ ਕੋਲ? ਭਾਈ ਫਰਾਜ਼, ਦੁੱਧ 10 ਕਿਲੋ, 9 ਕਿਲੋ ਦੀ ਗਰੰਟੀ ਹੋਏ ਦੀ। 10 ਕਿਲੋ ਦੁੱਧ ਦੇ, 9 ਕਿਲੋ ਦੁੱਧ ਦੀ ਗਰੰਟੀ ਹੈ। 2.25 ਮਹੀਨੇ ਹੋ ਗਏ ਨੇ, ਸੁਬਾ ਕਿੰਨਵਾਂ ਸੂਈ ਹੈ ਜੀ?
ਭਾਈ ਫਰਾਂਜ਼ ਪਹਿਲਾ ਫਲਾਸ ਹੋਈ ਜੇ ਇਹ ਵੀ ਮਾਸ਼ਾਅੱਲਾ ਜੀ ਪਹਿਲਾਂ ਨੇ ਪੁੱਠਾ ਵੀ ਦੋਸਤਾਂ ਵੇਖਣਾ ਪਿਆਰਾ ਬਈ ਇੱਥੇ ਤਰ੍ਹਾਂ ਸਿੱਧੀ ਕਰਿਓ ਜੀ ਚੁਆਈ ਕਿੰਜ ਕਰਦੇ ਹੋ ਭਾਈ ਫਰਾਂਜ਼ ਦੋਵੇਂ ਟਾਈਮ ਪਾੜੇ ਤੇ ਮਾਸ਼ਾਅੱਲਾ ਜੀ ਚੁਆਈ ਦੋਵੇਂ ਟਾਈਮ ਪਾੜੇ ਤੇ ਸੁਬਾਹ ਦਾ ਪਹਿਲਾ ਵੇ ਤਕਰੀਬਨ 2 ਮਹੀਨੇ ਕੋਈ 10 ਕਿ ਦਿਨ ਹੋ ਗਏ ਨੇ 9 ਕਿਲੋ ਦੁੱਧ ਦੀ ਗਰੰਟੀ ਹੈ ਜਾਂ ਪਿੱਛੇ ਨਹੀਂ ਚੁਆਈ ਦੋਵੇਂ ਟਾਈਮ ਪਾੜੇ ਤੇ ਪਹਿਲਾਂ ਹੋ ਕੇ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ ਥਣ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਭਾਈ ਇਹਦਾ ਚਿਹਰਾ ਸਾਹਮਣੇ ਕਰਿਓ ਜੀ ਲੋ ਜੀ ਦੋਸਤੋ ਦੋਵਾਂ ਅੱਖਾਂ ਦੀ ਮਾਸ਼ਾਅੱਲਾ ਜੀ ਰੰਗਤ ਵੀ ਸੇਮ ਹੈ ਠੀਕ ਹੈ ਭਾਈ ਲਾਈਓ ਜੀ ਲੰਮੀ ਢੋਲ ਕੇ ਲੈ ਚਲੋ ਅੱਗੂ ਲਿਆਓ ਨੰਬਰ 3 ਵਾਲੀ ਜੀ ਭਾਈ ਅਬੂ ਸਰ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ ਭਾਈ ਫਰਾਦ ਇਹ ਜੀਆਂ ਝੋਟੀਆਂ ਦੇ ਤਿੰਨ ਤਿੰਨ ਮਿਲਾਈਏ ਤੇ ਕੁਝ ਨਹੀਂ ਕਹਿੰਦੇ ਠੀਕ ਹੈ ਝੋਟੀ ਮੈਂ ਝੋਟੀ ਸਜਰੀ ਹੈ ਮੈਂ ਖੰਗੜ ਕਰਕੇ ਦੇਣੀ ਹੈ ਜਿਹੜਾ ਭਰਾ ਲਾਈਏ ਦਾ ਯਾਦ ਕਰੇ ਦਾ 2 ਮਹੀਨੇ 2 ਮਹੀਨੇ ਤੇ 10 ਦਿਨਾਂ ਦੀ ਸੂਈ ਜੇ ਝੋਟੀ ਸੂਆ ਪਹਿਲਾ ਵੇ ਸੂਆ ਪਹਿਲਾ ਠੀਕ ਹੈ ਕੀ ਕੀਮਤ ਹੈ ਅੱਜ ਦੀ ਭਾਈ ਫਰਾਦ 2 ਲੱਖ ਤੇ 40,000 ਰੁਪਏ ਦੀ ਝੋਟੀ ਦੇ ਦਿਆਂਗੇ 2 ਲੱਖ ਤੇ 40,000 ਜੀ ਵੀ 3 ਲੱਖ ਵੀ ਲਾਂਦਾ ਤੇਰੇ ਵਾਸਤੇ ਕੁਝ ਵੀ ਨਹੀਂ ਠੀਕ ਹੈ ਮਾਸ਼ਾਅੱਲਾ ਜੀ ਪਹਿਲਨ ਝੋਟੀ ਏ 9 ਕਿਲੋ ਦੁੱਧ ਦੀ ਗਰੰਟੀ ਏ 2 ਮਹੀਨੇ ਕੋਈ 10 ਕਿ ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਕੀਮਤ ਤੇ 2 ਲੱਖ ਤੇ 40,000 ਕੋਈ ਮਾਮੂਲੀ ਜਿਹਾ ਪਿਆਰ ਮੁਹੱਬਤ ਕਮੀ ਪੇਸ਼ੀ ਹੋਈ ਇਹਦੀ ਲੰਮਾ ਚੌੜਾ ਮਾਰਜਨ ਹੈ ਨਹੀਂ ਅੱਗੇ ਲਿਆਓ ਜੀ ਭਾਈ ਨੰਬਰ 3 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਅਸੀਂ ਪਰਤਾ ਕੇ ਪਰੋਂ ਲੈ ਚਲੋ ਜੀ ਕਿੰਨਵਾ ਸੁਆ ਭਾਈ ਅਬੂ ਜ਼ਰਾ ਦਾ ਚੁਆਈ ਕਿੰਜ ਕਰਦੇ ਹੋ ਭਾਈ ਫਰਾਦ ਦੋਵੇਂ ਟਾਈਮ ਪਹਾੜੇ ਤੇ ਕਿੰਨੇ ਮਾਂ ਦੀ ਗੱਬਨ ਅਗੂ ਭਾਈ ਫਰਾਦ ਇਹ 3.5 ਮਾਂ ਦੀ ਗੱਬਨ ਜੇ 3.5 ਮਹੀਨੇ ਜੀ ਕਨਫਰਮ ਗੱਬਨ ਏ ਸੁਆ ਪਹਿਲਾਂ ਸੂਈ ਏ ਮਾਸ਼ਾਅੱਲਾ ਜੀ ਚਿਹਰੇ ਦੀ ਖੂਬਸੂਰਤੀ ਬਰੀਕੀ ਦੋਸਤਾਂ ਵੇਖਣੀ ਏ ਚੁਆਈ ਦੋਵੇਂ ਟਾਈਮ ਪਹਾੜੇ ਤੇ 7 ਕਿਲੋ ਦੁੱਧ ਤੇ 3.5 ਮਹੀਨੇ ਦੀ ਗੱਬਨ ਵੀ ਅਗੂ ਸੁਆ ਦੂਸਰਾ ਸੋਣਾ ਮਾਸ਼ਾਅੱਲਾ ਜੀ ਪੁੱਠਾ ਵੀ ਦੋਸਤਾਂ ਚੱਕ ਰਹਿਣਾ ਭਾਈ ਖਿਲਾਰੇ ਉੱਥੇ ਜ਼ਰਾ ਸਿੱਧੀ ਕਰਿਓ ਆਪ ਹੀ ਪਰਲੀ ਸਾਈਡ ਤੇ ਹੋਣਾ ਕਿੰਨਾ ਦੁੱਧ ਕਰਦੀ ਰਹੀ ਜਦੋਂ ਤਾਜ਼ੀ ਸੂਈ ਸੀ ਮੈਕਸੀਮਮ ਸਾਡੇ ਘਰ ਦੀ ਝੋਟੀ ਇਹ ਤਾਜ਼ੀ ਹੀ ਆਂਦੀ ਸੀ ਤੇ ਇਹਦੇ ਕੋ 17-18 ਕਿਲੋ ਦੁੱਧ ਚੋਇਆ ਪਹਿਲੇ ਸੂਏ ਦਾ ਪਹਿਲਾ ਸੂਆ ਸੂਈ ਯਾਨੀ ਕਿ ਜਦੋਂ ਤਾਜ਼ੀ ਸੀ ਉਦੋਂ ਤਕਰੀਬਨ ਭਾਈ ਇਸ ਸਾਈਡ ਤੇ ਕਰ ਲਿਓ ਜ਼ਰਾ ਪਰਤਾ ਲਿਓ ਥਾਣੀ ਵੀ ਦੋਸਤਾਂ ਵੇਖ ਲੈਣੇ ਨੇ ਮਾਸ਼ਾਅੱਲਾ ਜੀ ਨੰਬਰ 3 ਤੇ ਚੈੱਕ ਕਰਾਉਂਦੇ ਆਂ ਪੇ ਧੁਨੀ ਵੀ ਦੋਸਤਾਂ ਵੇਖਣੀ ਹੈ ਤੇ ਕੋਲੀ ਵੀ ਚੈੱਕ ਕਰਨੀ ਠੀਕ ਹੈ ਭਾਈ ਲੰਮੀ ਢੋਲ ਕੇ ਲੈ ਚਲੋ ਜੀ ਨੰਬਰ ਆ ਗਈ ਮਾਸ਼ਾਅੱਲਾ ਜੀ 3 ਤੇ 3.5 ਮਹੀਨੇ ਦੀ ਗੱਬਨ ਵੀ ਹੈ ਤੇ 7 ਕਿਲੋ ਦੁੱਧ ਵੀ ਸੂਆ ਕੋ ਦੂਸਰਾ ਸੋਣਾ ਜੀ ਭਾਈ ਅਬੂ ਜ਼ਰ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ ਭਾਈ ਫਰਾਦ ਇਹ ਝੋਟੀ ਦਾ 3 ਲੱਖ ਵੀ ਲਾਵਾਂ ਤੇ ਕੁਝ ਨਹੀਂ ਅੱਛਾ ਇਹ ਝੋਟੀ 17-18 ਕਿਲੋ ਦੁੱਧ ਟੱਕ ਬਣ ਕੇ ਦਿੰਦੀ ਤੇ 3.5 ਮਹੀਨਿਆਂ ਦੀ ਗੱਬਨ ਹੈ ਠੀਕ ਹੈ ਤੇ ਝੋਟੀ ਦੇ ਦਿਆਂ ਦੇ 2 ਲੱਖ ਤੇ 50,000 ਰੁਪਏ ਦੀ ਝੋਟੀ ਦੇ ਦਿਆਂ ਦੇ 2.5 ਲੱਖ 2 ਲੱਖ ਤੇ 50,000 ਲੋਇਓ 5,000 ਰੁਪਇਆ ਹੋਰ ਛੱਡ ਦਿਓ ਸਾਡੇ ਘਰ ਦੀ ਝੋਟੀ ਹੈ 5,000 ਰੁਪਇਆ ਹੋਰ ਛੱਡ ਦਿਓ ਵੇਖ ਲਓ ਚਾਚੇ ਹਰੀ ਬਾਹਰ ਹੀ ਬੈਠੇ ਨੇ 10 ਤੇ ਅੱਗੇ ਤੁਹਾਡੇ ਕੋਲ ਛਡਾਇਆ ਕੋਈ ਗੱਲ ਨਹੀਂ ਕੋਈ ਗੱਲ ਹੈ ਕੋਲੀਏ ਕੋਲੀ ਹਲੇ ਕੋਲੀ ਮਸ਼ਹੂਰੀ ਆ ਮੇ ਉਹਦੀ ਹਾਂਜੀ ਨਹੀਂ ਨਹੀਂ ਕੋਲੀ ਹਲੇ ਫਿਰ ਲਾਲ ਕੋਲੀ 2 ਲੱਖ ਤੇ 45,000 7 ਕਿਲੋ ਦੁੱਧ 3.5 ਮਹੀਨੇ ਦੀ ਕਨਫਰਮ ਗੱਬਨ ਸੁਆ ਕੋ ਦੂਸਰਾ ਸੋਣਾ ਭਾਈ ਉਹ ਬੰਦੇ ਨੇ ਚਾਚੇ ਹਰੀ ਤੁਸੀਂ ਬੈੜੀ ਲੈ ਆਵੋ ਮਾਸ਼ਾਅੱਲਾ ਜੀ ਨੰਬਰ 3 ਤੇ ਚੈੱਕ ਕਰਾਈਏ ਖਾਂਗੜ ਝੋਟੀ ਹੈ ਪਹਿਲਾਂ ਨੇ ਚੰਗੀ ਅਸਲੀ ਤੇ ਨਸਲੀ ਚੀਜ਼ ਦੇ ਕੀਮਤ ਹੁਣ ਜੀ 2 ਲੱਖ ਤੇ 45,000 ਇੱਕ ਹੀ ਬੈਠ ਮਾਸ਼ਾਅੱਲਾ ਜੀ ਉਹ ਵੀ ਪਹਿਲਾਂ ਨੇ ਜੀ ਕਿਦੋਂ ਦੀ ਸੂਈ ਹੈ ਭਾਈ ਅਬੂ ਜ਼ਰਾ ਭਾਈ ਫਰਾਦ ਇਹਨੂੰ 1.5 ਤੋਂ 2 ਮਹੀਨੇ ਹੋ ਗਏ 1.5 ਤੋਂ 2 ਮਹੀਨੇ ਹੋ ਗਏ ਨੇ ਅੱਖ ਮੋਟੀ ਹੈ ਪਹਿਲਾਂ ਬੈਠ ਮਾਸ਼ਾਅੱਲਾ ਜੀ ਪਿੱਛੇ ਵੀ ਬੱਚੀ ਹੈ ਕਰਮ ਵਾਲੀਆਂ 2 ਹੀ ਨੇ ਸੁਬਾਹ ਪਹਿਲਾਂ ਸੂਈ ਹੈ ਲਿਬਾਸ ਵੀ ਚੰਗਾ ਕੀਤਾ ਭਾਈ ਜਾ ਤੇ ਲੈ ਚਲੋ ਜੀ ਦੁੱਧ ਕਿੰਨਾ ਭਾਈ ਅਬੂ ਜ਼ਰਾ ਦੇ ਕੋਲ ਭਾਈ ਫਰਾਦ ਇਹਦੇ ਕੋਲ ਦੁੱਧ ਹੈ 16 ਕਿਲੋ ਅੱਛਾ 15 ਕਿਲੋ ਦੀ ਗਾਰੰਟੀ ਹੋਏ ਜੀ 15 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 1.5 ਤੋਂ 2 ਮਹੀਨਾ ਹੋ ਗਿਆ ਸੁਬਾਹ ਪਹਿਲਾਂ ਸੂਈ ਹੈ ਇਹ ਪਿੱਛੇ ਮਾਸ਼ਾਅੱਲਾ ਜੀ ਸੈਕਸ ਸਿਮਨ ਦੀ ਬੱਚੀ ਇਹ ਪਿੱਛੇ ਵੀ ਬ੍ਰਾਂਡ ਨੇ ਮਾਸ਼ਾਅੱਲਾ ਜੀ ਇਹ ਚੈੱਕ ਕਰੋ ਜੀ ਇਕੱਲੀ ਸੇਲ ਕਰਨੀ ਜੀ ਸਾਨੂੰ ਭਾਈ ਫਰਾਦ ਜਿਹੜਾ ਭਰਾ
ਕੱਲੀ ਲੈ ਦਾ 50,000 ਰੁਪਏ ਦੀ ਮੱਛੀ ਕੱਲੀ ਸਾਡੀ ਰਹਿਣ ਦੇ। ਪੱਕੀ ਗੱਲ ਹੈ? ਪੱਕੀ ਗੱਲ ਹੈ। ਕਿਸੇ ਵਾਸਤੇ ਛੱਡਣੀ ਨਹੀਂ ਬਾਈ ਫਰਾਦ, ਉਹ ਅਗੂ ਮੁਕੱਦਰ ਆਪਣੇ ਨਾਲ ਨੇ, ਜਿਹੜਾ ਭਰਾ ਗਾਈ ਦਾ ਸੌਦਾ ਕਰ ਲਏ 50,000 ਰੁਪਏ ਦੀ ਮੱਛੀ ਨਾਲ ਲਾ ਦੇ। ਇਹ ਮਾਸ਼ਾਅੱਲਾ ਜੀ, ਪਿੱਛੇ ਚੈੱਕ ਕਰੋ ਜੀ, 1.5 ਤੋਂ 2 ਮਹੀਨੇ ਦੀ ਵੱਛੀ ਹੈ। ਵੱਛੀ ਵੀ ਦੋਸਤਾਂ ਵੇਖਣੀ ਹੈ, ਦੁੱਧ ਲੱਗਦਾ ਭਾਈ ਯਾਰਾਂ ਚੰਗਾ ਛੱਡਿਆ ਇਹਨੂੰ ਵੀ, ਅਤੇ ਅਗਰ ਕਿਸੇ ਦੋਸਤ ਨਾਲ ਭਾਈ ਯਾਰਾਂ ਦਾ ਸੌਦਾ ਹੋਈ ਜਾਂਦਾ, ਰੇਟ ਹਲੇ 10 ਨਿਆ ਬੈਠ ਦਾ, ਅਤੇ 50,000 ਦੀ ਵੱਛੀ ਭਾਈ ਯਾਰੀ ਰੱਖਣ ਨੂੰ ਤਿਆਰ ਨੇ। ਬੈਠ ਕੋਲ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ, ਟੋਟਲ ਬੱਚੇ ਸਮੇਤ 15 ਕਿਲੋ। ਲਿਬਾਸ ਵੀ ਦੋਸਤਾਂ ਵੇਖਣਾ, ਲਿਬਾਸ ਵੀ ਚੰਗਾ ਕੀਤਾ ਮਾਸ਼ਾਅੱਲਾ ਜੀ। ਨਸਲ ਦੱਸੋ ਤੇ ਦੋਸਤਾਂ ਉਹਦੀ ਫੈਸਲਾ ਕਰਨਾ ਹੁਣ ਖਿਲਾਰ ਬਾਈ, ਇਹ ਯਾਦ ਕਰਿਓ ਜ਼ਰਾ। ਇਹ ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਥਾਣੀ ਵੀ ਦੋਸਤਾਂ ਵੇਖ ਲੈਣੇ ਨੇ, ਅਤੇ ਥਾਣਾ ਦੀ ਵੰਡ ਵੀ ਚੈੱਕ ਕਰਨੀ ਹੈ ਜੀ। ਠੀਕ ਹੈ ਬਾਈ, ਲੈ ਚਲੋ ਜੀ। ਇਹ ਪਿੱਛੇ ਬੱਚੀ ਮਾਸ਼ਾਅੱਲਾ ਜੀ, ਬੱਚੀ ਮੋਨੀ ਜੇ। ਹਾਂਜੀ ਬਾਈ ਫਰਾਦ, ਬੱਚੀ ਮੋਨੀ ਜੇ। ਠੀਕ ਹੈ, ਆਓ ਭਾਈ ਬਜ਼ੁਰਗ, ਕੀ ਕੀਮਤ ਹੈ ਜੀ ਬੈਠ ਦੀ? ਬਾਈ ਫਰਾਦ, ਇਹ ਵੈੜੀਆਂ 3.5-3 ਲੱਖ ਵੀ ਲਾਈਏ ਤੇ ਇਹ ਵੈੜੀਆਂ ਨੂੰ ਕੁਝ ਨਹੀਂ ਕਹਿੰਦਾ। ਅੱਛਾ, ਪਰ ਅਸੀਂ ਉਹ ਕੰਮ ਨਹੀਂ ਕਰਨਾ। 2,95,000 ਰੁਪਏ ਦੀ ਵੈੜੀ ਦੇ ਦੇਣੀ ਹੈ, ਤੇ 2,95,000 ਵੱਛੀ ਸਮੇਤ। ਵੱਛੀ ਸਮੇਤ ਜਿਹੜੇ ਸੌਦਾ ਹੋਈਏ ਤੇ ਵੱਛੀ 50,000 ਰੁਪਏ ਦੀ ਇੱਥੇ ਰਹਿਣ ਦੇ ਭਾਏ। ਠੀਕ ਹੈ, ਅਗਲੇ ਦੋਸਤ ਅਗਰ ਰਾਜ਼ੀ ਹੋਣ ਤੇ ਫੇਰ। ਵੈਸੇ ਕੀਮਤ ਹੈ ਜੀ 2,95,000। ਅਗਰ ਕੋਈ ਦੋਸਤ ਵੱਛੀ ਨਹੀਂ ਲੈਣਾ ਚਾਹੁੰਦਾ ਤੇ 50,000 ਮਾਈਨਸ ਹੋਈਏ ਦਾ। ਮਾਸ਼ਾਅੱਲਾ ਜੀ 15 ਕਿਲੋ ਦੁੱਧ ਸੁਬਾ ਪਹਿਲਾਂ ਸੂਈ ਹੈ, ਤਕਰੀਬਨ 1.5 ਤੋਂ 2 ਮਹੀਨਾ ਹੋਇਆ। ਨਸਲ ਵੀ ਚੰਗੀ ਹੈ, ਜਰਸੀ ਕਰਾਸ ਹੈ, ਅਤੇ ਥਾਣਾ ਦੀ ਵੰਡ ਵੀ ਚੰਗੀ ਹੈ। ਹੁਣ ਦੋਸਤਾਂ ਫਿਰ ਵੇਖਣੇ ਨੇ ਮਾਸ਼ਾਅੱਲਾ ਜੀ। ਅੱਗੇ ਬਾਈ ਲਿਆਓ ਜੀ, ਇਹ ਜਿਹੜੀ ਵੱਛੀ ਹੈ ਖੀਰੀ ਹੈ ਜਾਂ ਦੋਂਦੀ ਹੈ? ਬਾਈ ਫਰਾਦ, ਖੀਰੀ ਜੇ। ਖੀਰੀ ਹੈ, ਟੋਰ ਹੈ ਬਾਈ ਜਾਨ, ਖੀਰੀ ਵੱਛੀ ਹੈ। 4 ਹੀ ਥਣ ਨੇ ਮਾਸ਼ਾਅੱਲਾ ਜੀ। ਪ੍ਰਿੰਟ ਵੀ ਦੋਸਤਾਂ ਵੇਖ ਲੈਣਾ, ਇਹ ਵੀ ਮੋਨੀ ਹੈ ਜੀ। ਬਾਈ ਫਰਾਦ, ਛੋਟੀਆਂ ਛੋਟੀਆਂ ਸਿੰਗੀਆਂ, ਠੀਕ ਹੈ, ਚਿੱਟੇ ਰੰਗ ਦੀਆਂ ਹਲਕੀਆਂ ਜਿਹੀਆਂ ਸਿੰਗੀਆਂ ਨੇ, ਨਜ਼ਰ ਨਹੀਂ ਇੰਨੀਆਂ ਆਉਂਦੀਆਂ ਪਈਆਂ। ਬਾਈ ਇੱਥੇ ਜ਼ਰਾ ਸਿੱਧੀ ਕਰਿਓ ਜੀ, ਆਹ ਚੈੱਕ ਕਰੋ ਮਾਸ਼ਾਅੱਲਾ ਜੀ। ਪ੍ਰਿੰਟ ਵੀ ਦੋਸਤਾਂ ਵੇਖ ਲੈਣਾ, ਹੁਸਨ ਵੀ ਚੈੱਕ ਕਰਨਾ ਵੇ, ਖੀਰੀ ਵੱਛੀ ਮਾਸ਼ਾਅੱਲਾ ਜੀ। ਠੀਕ ਹੈ ਬਾਈ, ਲਾਓ ਜੀ। ਕੀ ਕੀਮਤ ਹੈ ਭਾਈ ਅਬੂ ਜ਼ਰਾ ਦੀ? ਟੋਟਲ 5 ਜਾਨਵਰ ਹਨ, ਸਾਰੇ ਜਾਨਵਰਾਂ ਦੀ ਤਸੱਲੀ ਕਰਾਈ ਹੈ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਹੋਰ ਭਾਈ ਅਬੂਜ਼ਰ, ਦੋਸਤ ਬਹੁਤ ਆਏ ਨੇ, ਕੋਈ ਦੋਸਤ ਪੈਗਾਮ ਦੇਣਾ ਚਾਹੁੰਦਾ ਤੇ ਪੁੱਛ ਲਵੋ। ਪੈਗਾਮ ਦੇਣਾ ਜੇ ਤੇ ਦੇ ਲਓ, ਕਰਮਾ ਲਿਓ। ਅਬੂਜ਼ਰ ਨੇ ਤਾਂ ਆਪਣਾ ਕੰਮ ਕਰ ਲਿਆ, ਸਾਰੇ ਮਸਰੂਫ ਨੇ। ਸਰਦੀ ਕਾਫੀ ਅੱਜ, ਠੀਕ ਹੈ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।